ਅਸਲਾਮ ਵਾਲੇਕਮ ਦੋਸਤੋ ਦੋਸਤੋ ਸਾਈਡ ਬਿਜ਼ਨਸ ਦੇ ਹਵਾਲੇ ਨਾਲ ਇਹ ਵੀ ਕੰਮ ਠੀਕ ਜੇ ਇਹ ਜੇ ਕੰਮ ਸੈਲਰੀ ਦਾ ਠੀਕ ਹੈ। ਇਹ ਸੈਲਰੀ ਜਿਹੜੀ ਹੈ ਇਸ 'ਚ ਤਰੇ ਮਸ਼ੀਨਾਂ ਹੁੰਦੀਆਂ ਜੇ ਇਹ ਤੋਹ ਲਾਉਣੇ ਵਾਲੀ ਮਸ਼ੀਨ ਹੈ ਠੀਕ ਹੈ ਜੀ। ਅੱਗੇ ਜਨਾਬ ਉਹ ਪਾਲਿਸ਼ ਕਰਨੇ ਵਾਲੀ ਮਸ਼ੀਨ ਜੇ ਠੀਕ ਹੈ। ਅੱਗੇ ਤੀਸਰੇ ਨੰਬਰ 'ਤੇ ਇਹ ਮਸ਼ੀਨ ਆ ਜਾਂਦੀ ਹੈ ਛਾਣਨੇ ਵਾਲੀ ਮਸ਼ੀਨ ਹੈ ਠੀਕ ਹੈ। ਇਸ ਪਹਿਲੀ ਮਸ਼ੀਨ ਦਾ ਕੰਮ ਜੇ ਇਹ ਜਿਹੜੀ ਮਸ਼ੀਨ ਹੈ ਇਸ ਦਾ ਕੰਮ ਜੇ ਮੁੰਜੀ ਧੋ ਉਤਾਰ ਛੱਡਣੀ ਚਾਵਲ ਉਹਦਾ ਕੱਢ ਛੱਡਣਾ। ਇਹ ਤਕਰੀਬਨ 96% ਚਾਵਲ ਬਣਾ ਛੱਡਦੀ ਹੈ ਅਤੇ ਤਕਰੀਬਨ 4-5% ਉਹਦੀ ਮੁੰਜੀ ਰਹਿ ਜਾਂਦੀ। ਉਸ ਤੋਂ ਬਾਅਦ ਆ ਜਾਂਦਾ ਇਸ ਮਸ਼ੀਨ ਦਾ ਕੰਮ। ਇਸ ਮਸ਼ੀਨ ਦਾ ਕੰਮ ਹੁੰਦਾ ਚਾਵਲ ਨੂੰ ਪਾਲਿਸ਼ ਕਰਨਾ, ਜਿਹੜਾ ਕੋਈ ਵੰਡ ਰਹਿ ਜਾਂਦਾ ਉਸ ਨੂੰ ਕਲੀਅਰ ਕਰਨਾ। ਉਸ ਤੋਂ ਬਾਅਦ ਇਹ ਆਉਂਦੀ ਜੇ ਚਾਵਲ ਛਾਣਨਾ, ਇਹਦਾ ਕੰਮ ਜੇ ਛਾਣ ਕੇ ਕਣੀਆਂ ਅਲੈਦਾ, ਟੋਟਾ ਅਲੈਦਾ, ਸਾਬਤ ਚਾਵਲ ਅਲੈਦਾ, ਇਹਦੀਆਂ ਤਰੇ ਪਾੜਸ਼ੀਆਂ ਨਜ਼ਰ ਆ ਰਹੀਆਂ ਨੇ। ਜਿਹੜੀ ਉਹ ਪਹਿਲੀ ਪਾੜਸ਼ੀ ਉਹਦੇ ਕਣੀਆਂ ਆਉਂਦੀਆਂ ਨੇ, ਇਹਦੇ ਟੋਟਾ ਆਉਂਦਾ, ਇਹਦੇ ਸਾਬਤ ਚਾਵਲ ਆਉਂਦਾ। ਇਹ ਸਰਕਾਰ ਮੇਰੀ ਤਕਰੀਬਨ ਤੁਹਾਡੀਆਂ ਮਸ਼ੀਨਾਂ ਆਉਣੀਆਂ ਨੇ। ਅਗਰ ਇੱਕ ਇਹ ਜਿਹੜੀ ਹੈ ਇਹ ਤਾਂ ਚਾਈਨਾ ਦੀ ਤੁਹਾਨੂੰ ਲੈਣੀ ਪਾਉਣੀ ਹੈ, ਬਾਕੀ ਇਹ ਮਸ਼ੀਨ ਅਤੇ ਇਹ ਮਸ਼ੀਨ ਪਾਕਿਸਤਾਨ 'ਚੋਂ ਹੀ ਲੱਭ ਜਾਂਦੀਆਂ ਨੇ। ਇਹ ਤਕਰੀਬਨ 3-3.5 ਲੱਖ ਦੀਆਂ ਤੁਹਾਡੀਆਂ ਮਸ਼ੀਨਾਂ ਆਉਣੀਆਂ ਨੇ। ਅੱਗੋਂ ਇਹਦੇ ਉੱਤੇ ਤੁਸੀਂ ਚਲਾਉਂਦੇ ਹੋ ਅਗਰ ਬਿਜਲੀ 'ਤੇ ਤਾਂ ਤੁਹਾਨੂੰ ਜ਼ਿਆਦਾ ਪ੍ਰੋਫਿਟ ਹੈ। ਅਗਰ ਤੁਸੀਂ ਇਸ ਨੂੰ ਚਲਾਉਂਦੇ ਹੋ ਦੂਸਰਾ ਇਹਦੇ 'ਤੇ ਡੀਜ਼ਲ 'ਤੇ, ਫਿਰ ਘੱਟ ਪ੍ਰੋਫਿਟ ਹੈ। ਇਹਦੇ ਵਿੱਚ ਤੁਹਾਨੂੰ ਤਕਰੀਬਨ ਅਗਰ ਤੁਸੀਂ ਇਹਦੀ ਜਗ੍ਹਾ 'ਤੇ ਲੋਕੇਸ਼ਨ ਦਾ ਜ਼ਰੂਰੀ ਹੈ, ਲੋਕੇਸ਼ਨ ਇਹਦੀ ਹੋਵੇ ਜਿੱਥੇ 3-4 ਪਿੰਡ ਇਕੱਠੇ ਹੋਣ, ਇਹ ਸਰਕਾਰ ਮੇਰੀ ਉਸ 'ਤੇ ਤੁਹਾਨੂੰ ਤਕਰੀਬਨ 7 ਲੱਖ ਰੁਪਇਆ ਬਚਤ ਦੇਵੇਗੀ। ਠੀਕ ਹੈ, ਅਸਲਾਮ ਵਾਲੇਕੁਮ।